वो डैथ हो चुकी मुंडे की, सुसाइड कर गया। तो सुसाइड कर गया जिन्हां दे कारण करके किया, वो जनानियां अज भी आजाद घूम रही ने। तो मावा धिया ने घर के असी सर ये अस्थियां इंसाफ की मंग करने वास्ते रखी हुई ने। मेरा लड़का एक पिंड की ही लड़की तो उसकी माँ तो परेशान सेगा भी वो इन ब्लैकमेल कर दियां सीगियां जो अपने प्रेम जाल में फसा के। तो फिर असी 306 IPC का केस जो लड़की के खिलाफ रजिस्टर किया, ये लड़की की रेस्ट पैन वाली रही है, तो उन्होंने जल्दी तो जल्दी असं गिरफ्तार कर लवेंगे। मन बेटा चलिया गया वा, अज मेरे दिल में पूछा जाए कि कमाने वाला ही चाहिए। पुलिस की कहती है? पुलिस यही सू लारा ही कर देने कर देने। ਇੱਥੇ ਸਾਡੇ ਪਿੰਡ ਦੇ ਵਿੱਚ ਇੱਥੇ ਲਾਗੇ ਰਹਿੰਦੀਆਂ ਵਾ, ਉਹਨਾਂ ਦੇ ਨਾਲ ਇਹਦੇ ਥੋੜ੍ਹੇ ਬਹੁਤ ਗੱਲਬਾਤ ਹੈਗੀ ਸੀ। ਪਹਿਲਾਂ ਉਹ ਆ ਕੇ ਉਹਨਾਂ ਨੇ ਘਰ ਇਹਨਾਂ ਨੂੰ ਤੰਗ ਪਰੇਸ਼ਾਨ, ਮੁੰਡੇ ਨੂੰ ਤੰਗ ਪਰੇਸ਼ਾਨ ਕਰਦੀਆਂ ਸੀ ਵੀ ਇਹਨੂੰ ਬਲੈਕਮੇਲ ਕਰਕੇ ਪੈਸੇ ਖਾਣੇ, ਅਤੇ ਇਹਨੂੰ ਕਹਿਣਾ ਵੀ ਕਦੀ ਸਾਨੂੰ ਮੋਬਾਈਲ ਲੈ ਕੇ ਦੇ, ਕਦੀ ਸਾਨੂੰ ਕੱਪੜੇ ਲੈ ਕੇ ਦੇ, ਇਹੋ ਜਿਹੀ ਮੰਗ ਉਹਨੇ ਕਰਨੀ। ਉਹਦੇ ਮੋਬਾਈਲ ਦੇ ਵਿੱਚ ਰਿਕਾਰਡਿੰਗਾਂ ਹੈਗੀਆਂ ਨੇ ਫੋਨ ਦੇ ਵਿੱਚ, ਬਕਾਇਦਾ ਮੁੰਡੇ ਦੇ ਫੋਨ ਦੇ ਵਿੱਚ। ਜਨਾਨੀਆਂ ਜਿਹੜੀਆਂ ਫਰਾਰ ਨੇ, ਪੁਲਿਸ ਕਹਿ ਰਹੀ ਹੈ ਵੀ ਭੱਜ ਗਈਆਂ ਨੇ, ਭਗੌੜੀਆਂ ਨੇ, ਅਤੇ ਉਹਨਾਂ ਨੂੰ ਫੜ ਰਹੇ ਹਾਂ, ਅਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਨਾ ਕੋਈ ਉਹਨਾਂ ਨੂੰ ਫੜ ਰਿਹਾ। ਹਾਂ ਨਹੀਂ, ਉਹਨਾਂ ਨੇ ਆਪ ਹੀ ਫੜ ਲਿਆ ਸੀ, ਇਹਨਾਂ ਨੂੰ ਬੁਲਾ ਲਿਆ ਸੀ ਥਾਣੇ, ਅਤੇ ਫਿਰ ਉਹਨਾਂ ਨੂੰ ਛੱਡ ਦਿੱਤਾ। ਅਤੇ ਕਾਰਨ ਸਾਨੂੰ ਇਹ ਦੱਸਿਆ ਵੀ ਕੁੜੀ ਨੂੰ ਐਕਸੀਡੈਂਟ ਹੋਇਆ ਜੀ, ਉਹਦੀ ਬਾਂਹ ਗਲ 'ਚ ਪਾਈ, ਉਹਨੇ ਪਲਸਤਰ ਲੱਗਾ ਵਾ, ਸੱਟ ਲੱਗੀ ਆ, ਉਹਨੂੰ ਛੱਡ ਦਿੱਤਾ ਗਿਆ। ਫਿਰ ਬੇਟਾ ਚਲਿਆ ਗਿਆ ਵਾ, ਅੱਜ ਮੇਰੇ ਦਿਲ ਨੂੰ ਪੁੱਛਿਆ ਜਾਵੇ ਕਿ ਕਮਾਉਣ ਵਾਲਾ ਹੀ ਉਹੀ ਚਾਹੀਦਾ। ਪੁਲਿਸ ਕੀ ਕਹਿੰਦੀ ਹੈ? ਪੁਲਿਸ ਇਹੋ ਸਾਨੂੰ ਲਾਰਾ ਹੀ ਲਾਉਂਦੀ, ਕਰ ਦਿੰਦੇ ਕਰਦੇ ਕੁਛ ਨਹੀਂ, ਕਹਿ ਦਿੰਦੇ ਮਾਤਾ ਕਰ ਨਹੀਂ ਜਾ, ਕਰ ਦਾਂਗੇ ਬਸ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਕੋਈ ਇਹ ਮੰਗ ਕਰਦੀ ਹਾਂ ਕਿ ਮੇਰਾ ਜਵਾਨ ਬੇਟਾ ਚੜ ਗਿਆ, ਇਹਨਾਂ ਨੂੰ ਸਜ਼ਾ। ਅਸੀਂ ਸਰ ਇਹ ਅਸਥੀਆਂ ਇਨਸਾਫ ਦੀ ਮੰਗ ਕਰਨ ਵਾਸਤੇ ਰੱਖੀਆਂ ਹੋਈਆਂ ਨੇ। 2 ਮਹੀਨਿਆਂ ਤੋਂ ਸਾਨੂੰ ਖੱਜਲ ਖੁਆਰ ਕੀਤਾ ਗਿਆ। ਸਾਡੇ ਬੇਟੇ ਦਾ ਨਾਂ ਜਗਵੀਰ ਸਿੰਘ, ਜਿਹਦੀ ਡੈਥ ਹੋ ਚੁੱਕੀ 2 ਮਹੀਨੇ ਪਹਿਲਾਂ, ਪਿਛਲੇ ਮਹੀਨੇ ਦੀ 6 ਤਰੀਕ ਨੂੰ, 5ਵੇਂ ਮਹੀਨੇ ਦੀ, ਅਤੇ ਉਹ ਡੈਥ ਹੋ ਚੁੱਕੀ ਮੁੰਡੇ ਦੀ, ਸੁਸਾਈਡ ਕਰ ਗਿਆ। ਅਤੇ ਸੁਸਾਈਡ ਕਰ ਗਿਆ ਜਿਨ੍ਹਾਂ ਦੇ ਕਾਰਨ ਕਰਕੇ ਕੀਤਾ, ਉਹ ਜਨਾਨੀਆਂ ਅੱਜ ਵੀ ਆਜ਼ਾਦ ਘੁੰਮ ਰਹੀਆਂ ਨੇ। ਅਤੇ ਮਾਵਾਂ ਧੀਆਂ ਹੀ ਨੇ ਘਰ ਦੇ ਵਿੱਚ, ਇੱਕ ਉਹਨਾਂ ਦਾ ਮੁੰਡਾ ਵਾ, ਉਹ ਕਮਲਾ ਜਿਹਾ ਛਦਾਈ ਜਿਹਾ ਵਾ, ਉਹ ਇੱਥੇ ਸਾਡੇ ਪਿੰਡ ਦੇ ਵਿੱਚ ਇੱਥੇ ਲਾਗੇ ਰਹਿੰਦੀਆਂ ਵਾ, ਉਹਨਾਂ ਦੇ ਨਾਲ ਇਹਦੇ ਥੋੜ੍ਹੇ ਬਹੁਤ ਗੱਲਬਾਤ ਹੈਗੀ ਸੀ। ਪਹਿਲਾਂ ਉਹ ਆ ਕੇ ਉਹਨਾਂ ਨੇ ਘਰ ਇਹਨਾਂ ਨੂੰ ਤੰਗ ਪਰੇਸ਼ਾਨ, ਮੁੰਡੇ ਨੂੰ ਤੰਗ ਪਰੇਸ਼ਾਨ ਕਰਦੀਆਂ ਸੀ ਵੀ ਇਹਨੂੰ ਬਲੈਕਮੇਲ ਕਰਕੇ ਪੈਸੇ ਖਾਣੇ, ਅਤੇ ਇਹਨੂੰ ਕਹਿਣਾ ਵੀ ਕਦੀ ਸਾਨੂੰ ਮੋਬਾਈਲ ਲੈ ਕੇ ਦੇ, ਕਦੀ ਸਾਨੂੰ ਕੱਪੜੇ ਲੈ ਕੇ ਦੇ, ਇਹੋ ਜਿਹੀ ਮੰਗ ਉਹਨੇ ਕਰਨੀ। ਉਹਦੇ ਮੋਬਾਈਲ ਦੇ ਵਿੱਚ ਰਿਕਾਰਡਿੰਗਾਂ ਹੈਗੀਆਂ ਨੇ ਫੋਨ ਦੇ ਵਿੱਚ, ਬਕਾਇਦਾ ਮੁੰਡੇ ਦੇ ਫੋਨ ਦੇ ਵਿੱਚ। ਅਤੇ ਅਸੀਂ ਉਹਨਾਂ ਨੂੰ ਬਥੇਰਾ ਸਮਝਾਇਆ ਆਖਿਆ ਵੇਖਿਆ, ਕਈ ਵਾਰੀ ਅੱਗੇ ਵੀ ਅਸੀਂ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਉਹਨਾਂ ਨੇ ਨਾ ਉਹ ਸਮਝੀ ਨਹੀਂ ਗੱਲ। ਅਤੇ ਸੋ ਹੁਣ ਉਹ ਸਾਡੇ ਬੇਟੇ ਦੀ ਡੈਥ ਹੋ ਗਈ, ਇਹਨਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਹਨੇ ਸੁਸਾਈਡ ਕਰ ਲਿਆ। ਘਰ ਦੇ ਵਿੱਚ ਇਕੱਲਾ ਉਹ ਹੀ ਕਮਾਉਣ ਵਾਲਾ ਸੀ, ਹੁਣ ਸਾਡਾ ਘਰ ਮੁੱਦਾ ਵੱਜ ਗਿਆ। ਅਸੀਂ ਇਹ ਚਾਹੁੰਦੇ ਹਾਂ ਕਿ ਉਹਨਾਂ ਨੂੰ 2 ਮਹੀਨਿਆਂ ਤੋਂ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਉਹ 2 ਜਨਾਨੀਆਂ ਜਿਹੜੀਆਂ ਫਰਾਰ ਨੇ, ਪੁਲਿਸ ਕਹਿ ਰਹੀ ਹੈ ਵੀ ਭੱਜ ਗਈਆਂ ਨੇ, ਭਗੌੜੀਆਂ ਨੇ, ਅਤੇ ਉਹਨਾਂ ਨੂੰ ਫੜ ਰਹੇ ਹਾਂ, ਅਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਨਾ ਕੋਈ ਉਹਨਾਂ ਨੂੰ ਫੜ ਰਿਹਾ। ਹਾਂ ਨਹੀਂ, ਉਹਨਾਂ ਨੇ ਆਪ ਹੀ ਫੜ ਲਿਆ ਸੀ, ਇਹਨਾਂ ਨੂੰ ਬੁਲਾ ਲਿਆ ਸੀ ਥਾਣੇ, ਅਤੇ ਫਿਰ ਉਹਨਾਂ ਨੂੰ ਛੱਡ ਦਿੱਤਾ। ਕੀ ਕਾਰਨ ਦੱਸਿਆ? ਅਤੇ ਕਾਰਨ ਸਾਨੂੰ ਇਹ ਦੱਸਿਆ ਵੀ ਕੁੜੀ ਨੂੰ ਐਕਸੀਡੈਂਟ ਹੋਇਆ ਜੀ, ਉਹਦੀ ਬਾਂਹ ਗਲ 'ਚ ਪਾਈ, ਉਹਨੇ ਪਲਸਤਰ ਲੱਗਾ ਵਾ, ਸੱਟ ਲੱਗੀ ਆ, ਉਹਨੂੰ ਛੱਡ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਹੀ ਫਰਾਰ ਚੱਲਦੀ? ਹਾਂਜੀ, ਅਤੇ ਅਸੀਂ ਫਿਰ ਜਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਛੱਡਿਆ, ਕਾਰਨ ਪੁੱਛਿਆ, ਕਹਿੰਦੇ ਵੀ ਉਹਨੇ ਆਪਣੀ ਡਾਕਟਰੀ ਲੈ ਕੇ ਆਈ, ਮੈਡੀਕਲ ਲੈ ਕੇ ਆਈ ਆ, ਉਹ ਠੀਕ ਨਹੀਂ ਸੀ। ਅਤੇ ਇੱਦਾਂ ਵੀ ਆਪਾਂ ਮੈਡੀਕਲ ਦੇ ਇਕੱਲੇ 'ਤੇ ਵੇਖ ਕੇ ਨਹੀਂ ਉਹਨੂੰ ਛੱਡ ਸਕਦੇ, ਉਹਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਗਈ ਵੀ ਜਾਂ ਤੈਨੂੰ ਅਸੀਂ ਦੁਬਾਰਾ ਬੁਲਾ ਸਕਦੇ ਹਾਂ ਅਤੇ ਤੈਨੂੰ ਥਾਣੇ ਆਉਣਾ ਪਏਗਾ। ਉਹ ਹੁਣ ਪਤਾ ਨਹੀਂ ਇਹਨਾਂ ਨੇ ਥਾਣੇ ਵਾਲਿਆਂ ਨੇ ਉਹਨੂੰ ਭਜਾ ਦਿੱਤਾ, ਹੁਣ ਉਹ ਆ ਨਹੀਂ ਰਹੀਆਂ ਕਾਬੂ। ਅਸਥੀਆਂ ਫਿਰ ਕਿਹਦੇ ਕਹਿਣ 'ਤੇ ਸਾਂਭੀਆਂ ਹੋਈਆਂ ਤੁਸੀਂ?
ਅਸਥੀਆਂ ਸਰ ਸਾਨੂੰ ਇਹਨਾਂ ਨੇ ਪੁਲਿਸ ਵਾਲਿਆਂ ਨੇ ਕਿਹਾ ਸੀ ਕਿ ਤੁਸੀਂ ਅਸਥੀਆਂ ਸੰਭਾਲ ਕੇ ਰੱਖੋ, ਕਾਰਵਾਈ ਕਰਾਂਗੇ ਅਸੀਂ, ਸਭ ਕੁਛ ਕਰਾਂਗੇ, ਪਰ ਕੁਛ ਵੀ ਨਹੀਂ, ਕੋਈ ਇਨਸਾਫ ਨਹੀਂ 2 ਮਹੀਨਿਆਂ ਤੋਂ। ਕਾਰਨ ਕਹਿੰਦੇ ਸੀ ਕਿ ਅਸੀਂ ਇਹਨਾਂ 'ਤੇ ਕਾਰਵਾਈ ਬਣਦੀ ਕਾਰਵਾਈ ਕਰਵਾਵਾਂਗੇ, ਅਤੇ ਹੁਣ ਕੋਈ ਕਾਰਵਾਈ ਨਹੀਂ ਕੀਤੀ ਗਈ। ਸਾਰੇ ਰਲੀ ਭੁਗਤਿਆ ਪੁਲਿਸ ਵਾਲੇ ਵਿੱਚ ਰਲੇ ਹੋਏ ਨੇ ਸਾਰੇ ਮੁਲਾਜ਼ਮ ਉੱਥੋਂ ਵੀ, ਅਤੇ ਪੈਸੇ ਪੂਸੇ ਲੈ ਕੇ ਅਤੇ ਉਹਨਾਂ ਨੂੰ ਛੱਡ ਦਿੰਦੇ ਆ। ਵਧੀਕੀ ਇਹ ਕੀਤੀ ਕਿ ਸ਼ਾਮ ਨੂੰ 6 ਤਰੀਕ ਨੂੰ ਇਹਦੀ ਡੈਥ ਹੁੰਦੀ ਆ ਮੁੰਡੇ ਦੀ, 5 ਤਰੀਕ ਨੂੰ ਸ਼ਾਮ ਨੂੰ ਆ ਕੇ ਉਹਨਾਂ ਨੇ ਘਰੇ ਇੱਥੇ ਲੜਾਈ ਝਗੜਾ ਕੀਤਾ ਮੁੰਡੇ ਦੀ ਮੰਮੀ ਦੇ ਨਾਲ, ਅਤੇ ਛੋਟੀ ਭੈਣ ਇਕੱਲੀਆਂ ਘਰ ਸੀ ਅਤੇ ਮੁੰਡਾ ਸੀ, ਅਤੇ ਲਾਗੋਂ ਆਂਢੋ ਗੁਆਂਢੋ ਜਦੋਂ ਰੌਲਾ ਸੁਣਿਆ ਅਤੇ ਮੁੰਡਿਆਂ ਨੇ ਆ ਕੇ ਅਤੇ ਵੀਡੀਓ ਬਣਾਈ, ਉਹ ਮਾਵਾਂ ਧੀਆਂ ਆ ਕੇ ਇੱਥੇ ਇਹਨਾਂ ਦੋਵਾਂ ਦੇ ਮਾਵਾਂ ਧੀਆਂ ਦੇ ਗਲ ਪਈਆਂ, ਉਹਨਾਂ ਮੁੰਡੇ ਦੇ ਵੀ ਥੱਪੜ ਮਾਰਿਆ। ਬਕਾਇਦਾ ਵੀਡੀਓ ਸਾਡੇ ਕੋਲ ਹੈਗੀ ਆ ਫੋਨ ਦੇ ਵਿੱਚ, ਮੁੰਡੇ ਦੇ ਥੱਪੜ ਮਾਰਿਆ ਉਹਨੇ ਨਮੋਸ਼ੀ ਕਰਕੇ ਮੁੰਡੇ ਨੇ ਸਵੇਰੇ ਸੁਸਾਈਡ ਕਰ ਲਿਆ। ਮੰਗ ਕੀ ਕਰਦੇ ਹੋ? ਮੰਗ ਅਸੀਂ ਸਾਰੇ ਚਾਹੁੰਦੇ ਹਾਂ ਕਿ ਉਹਨਾਂ ਨੂੰ ਬਣਦੀ ਕਾਰਵਾਈ ਕੀਤੀ ਜਾਵੇ। ਸਾਡਾ ਬੰਦਾ ਤਾਂ ਦੁਨੀਆ ਤੋਂ ਚਲਿਆ ਗਿਆ, ਉਹਨੇ ਤਾਂ ਮੁੜਨਾ ਨਹੀਂ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਕੱਲ੍ਹ ਨੂੰ ਕੋਈ ਹੋਰ ਕਿਸੇ ਦਾ ਧੀ ਪੁੱਤ ਨਾ ਉਹਨਾਂ ਦੇ ਕਾਬੂ 'ਚ ਆ ਜਾਏ, ਅਤੇ ਹੋਰ ਵੀ ਕਿਸੇ ਦੇ ਨਾਲ ਇੱਦਾਂ ਕਰਨ। ਕਈ ਵੀ ਅੱਗੇ ਵੀ ਇਹ 3-4 ਕੇਸ ਪਿੰਡ ਦੇ ਵਿੱਚ ਇੱਦਾਂ ਦੇ ਕਰ ਚੁੱਕੇ ਹਾਂ। ਪੁਲਿਸ ਸਰ ਸਾਨੂੰ ਲਾਰੇ ਲੱਪੇ ਲਾਈ ਜਾਂਦੀ ਹੈ, 2 ਮਹੀਨਿਆਂ ਤੋਂ ਸਾਨੂੰ ਖੱਜਲ ਖਰਾਬ ਕਰਨ ਡਏ ਆ। ਕਦੀ ਕਹਿੰਦੇ ਆ ਵੀ ਉਹਦੇ ਕੋਲ ਚੱਲ ਜਾਓ, ਕਦੀ ਕਿਸੇ ਮੰਤਰੀ ਕੋਲ, ਕਦੀ ਕਿਸੇ ਕੋਲ ਜਾ ਕੇ MLA ਕੋਲ ਤਰਲੇ ਲੈਂਦੇ ਫਿਰਦੇ ਹਾਂ ਗਰਮੀ ਦੇ ਵਿੱਚ, ਪਰ 2 ਮਹੀਨਿਆਂ ਤੋਂ ਸਾਨੂੰ ਪੁਲਿਸ ਨੇ ਪੱਲਾ ਨਹੀਂ ਫੜਾਇਆ। ਮੈਂ ਸਰਦਾਰ ਜਗਵੀਰ ਸਿੰਘ ਦਾ ਛੋਟਾ ਬ੍ਰਦਰ ਹਾਂ। ਅੱਜ ਤੋਂ 2-3 ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਸਰਦਾਰ ਗੁਰਮੁਖ ਸਿੰਘ ਜੀ, ਜੋ ਉਹਨਾਂ ਦੀ ਵੀ ਡੈਥ ਹੋ ਚੁੱਕੀ ਆ, ਉਹਨਾਂ ਤੋਂ ਬਾਅਦ ਇਹਨਾਂ ਨੂੰ ਨੌਕਰੀ ਮਿਲੀ ਸੀ। ਜਦੋਂ ਇਹਨਾਂ ਨੂੰ ਨੌਕਰੀ ਮਿਲੀ ਆ, ਉਹ ਬਲਜਿੰਦਰ ਕੌਰ ਉਰਫ ਪੁੱਚਾ ਅਤੇ ਮਲਕੀਤ ਕੌਰ ਉਸਦੀ ਮਾਤਾ ਜਿਹੜੇ ਆ ਉਹਦੇ ਮਗਰ ਲੱਗੇ ਸੀ। ਉਹਦੇ ਕੋਲ ਪੈਸਾ ਲੈਂਦੇ ਸੀ, ਕੱਪੜਿਆਂ ਦੀ ਮੰਗ, ਫੋਨਾਂ ਦੀ ਮੰਗ ਕਰਦੇ ਸੀ, ਅਤੇ ਇਹਨਾਂ ਤੋਂ ਉਹ ਬਹੁਤ ਜ਼ਿਆਦਾ ਇਹਨਾਂ ਨੂੰ ਤੰਗ ਕਰਦੇ ਸੀ। ਫਿਰ ਉਹਨਾਂ ਨੇ 5 ਤਰੀਕ ਨੂੰ ਘਰੇ ਆਣ ਕੇ ਸਾਡੇ ਮਤਲਬ ਮੰਮਾ ਦੇ ਅਤੇ ਉਹਦੇ ਦੀਦੀ ਦੇ ਘਰ ਪਈਆਂ ਹੈ। ਫਿਰ ਇਹਨਾਂ ਨੇ ਬਕਾਇਦਾ ਸਾਡੇ ਕੋਲ ਵੀਡੀਓ ਰਿਕਾਰਡ ਪਈ ਹੈ, ਇਹਨਾਂ ਨੇ ਉਹਦੇ ਥੱਪੜ ਮਾਰਿਆ, ਜਿਹਦੇ ਕਰਕੇ ਉਹ ਨਮੋਸ਼ੀ ਦੇ ਵਿੱਚ ਆਣ ਕੇ ਉਹਨੇ ਸੁਸਾਈਡ ਕੀਤਾ। ਕੀ ਸਮਝਦੇ ਹੋ ਅਸੀਂ ਇਹ ਗੱਲ ਨੂੰ ਕਹਿ ਸਕਦੇ ਹਾਂ ਕਿ ਉਹਨਾਂ ਨੇ ਆਪਣੇ ਪ੍ਰੇਮ ਜਾਲ 'ਚ ਫਸਾ ਕੇ ਨੂੰ ਇਹਨੂੰ ਜਿਹੜਾ ਬਲੈਕਮੇਲ ਕਰਨਾ ਸ਼ੁਰੂ ਕੀਤਾ? ਹਾਂਜੀ, ਉਹਨਾਂ ਨੇ ਬਿਲਕੁਲ ਆਪਣੇ ਪ੍ਰੇਮ ਜਾਲ ਦੇ ਵਿੱਚ ਉਹਨੂੰ ਫਸਾਇਆ ਸੀ। ਉਹਨੂੰ ਡਰਾਉਂਦੀਆਂ ਸੀ, ਉਹਨੂੰ ਬਲੈਕਮੇਲ ਇੰਨਾ ਕੁ ਕਰਦੀਆਂ ਸੀ ਕਿ ਉਹ ਕਿਸੇ ਦੀ ਗੱਲ ਸੁਣ, ਜਿੱਦਾਂ ਕਿ ਉਹ ਇਹਨਾਂ ਦੇ ਦਬਾਅ ਹੇਠਾਣ ਕੇ ਉਹਨੇ ਸੁਸਾਈਡ ਕੀਤਾ। ਪੁਲਿਸ ਪ੍ਰਸ਼ਾਸਨ ਤੋਂ ਆਪਾਂ ਇਨਸਾਫ ਦੀ ਮੰਗ ਕਰਦੇ ਹਾਂ, ਆਪਾਂ ਕਹਿੰਦੇ ਹਾਂ ਵੀ ਬਣਦੀ ਕਾਰਵਾਈ ਕੀਤੀ ਜਾਵੇ। ਅੱਜ ਸਾਡਾ ਭਰਾ ਗਿਆ ਵਾ, ਗਾਂ ਕਿਸੇ ਦਾ ਹੋਰ ਧੀ ਪੁੱਤ, ਜਵਾਨ ਧੀ ਪੁੱਤ ਇਹਨਾਂ ਦੇ ਸ਼ਿਕਾਰ। ਦਰਖਾਸਤ ਦਿੰਦੇ ਨੇ ਕਿ ਵੀ ਸਾਡਾ ਜਿਹੜਾ ਲੜਕਾ ਆ, ਇਹਦੀ ਮਦਰ ਵੱਲੋਂ ਦਰਖਾਸਤ ਸੀਗੀ ਵੀ ਮੇਰਾ ਲੜਕਾ ਇੱਕ ਪਿੰਡ ਦੀ ਹੀ ਲੜਕੀ ਅਤੇ ਉਹਦੀ ਮਾਂ ਤੋਂ ਪਰੇਸ਼ਾਨ ਸੀਗਾ ਵੀ ਉਹ ਇਹਨੂੰ ਬਲੈਕਮੇਲ ਕਰਦੀਆਂ ਸੀਗੀਆਂ ਜਿਹੜਾ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ। ਅਤੇ ਉਹ ਫਿਰ ਅਸੀਂ 306 IPC ਦਾ ਕੇਸ ਜਿਹੜਾ ਲੜਕੀ ਦੇ ਖਿਲਾਫ ਰਜਿਸਟਰ ਕੀਤਾ, ਜਿਹਦੇ ਵਿੱਚ ਲੜਕੀ ਦੀ ਅਰੈਸਟ ਪੈਣ ਵਾਲੀ ਹੁੰਦੀ ਹੈ, ਤਾਂ ਉਹਨੂੰ ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕਰ ਲਵਾਂਗੇ ਜੀ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।